हेलो जी, सत श्री अकाल जी। तुहाडा स्वागत है अपने मालवा ब्लॉग विच। ते हुण असीं प्रशादा छक के जावांगे घर नूं वापस। ते तैयार असीं सारे हो गए। दर्श हेलो नवी ते असीं जल्दी तां जाने क्योंकि ग्रेसी नूं घरे छड्ड के आए हैंगे ते नाले रिश्तेदार ने आना है किसी ने ता करके सी चले सी के। हाँ जी, असं चले दरबार साहब तो जल लिया। रात असं भुल गए सी ते नाले दुबारी मत्था टेक दिया। अपने वधिया दर्शन अपन हो गए ते हुण चलिए आप घर नूं। सुबह दा टाइम आ ते पूरा थां नहीं है, पैर धर नूं बहुत रश है। वीडियो बनाने वाली है, देखो किन्ने कबूतर। ਖਜੂਰਾਂ ਜੀਆਂ ਕਿੱਡੀਆਂ ਸੋਹਣੀਆਂ ਲੱਗਦੀਆਂ ਹਨ। ਕਿੱਡੀ ਕਰਕੇ ਬਣਾਉਂ ਸਿੱਧੀ ਬਣਾਉਂ ਕਿੱਡੀ ਬਣਾਉਂ ਜੇ ਕੋਈ ਮਰਜ਼ੀ ਬਣਾਉਂ। ਕਲੈਰਿਟੀ ਦੇ ਕਿੰਨੀ ਵਧੀਆ ਜੂ। ਇਹਦੀ ਨਿਸ਼ਾਨੀ ਹੈ ਨਾ ਉਹਦੇ ਚ, ਡੈਡੀ ਵਾਲੇ ਫੋਨ ਚ ਵੜੀ ਹੈ ਨਿਸ਼ਾਨੀ ਤਾਂ ਵੀਡੀਓ ਤਾਂ। ਸਾਡਾ ਮੁੰਡਾ ਮਿਲ ਗਿਆ ਸਾਨੂੰ ਫੌਜੀ ਸਾਹਿਬ। तोता साडा मिल गया सानू इत्थे। हरी के पत्तन आ गया दरिया बहुत बड़े। इत्थे रुकांगे असीं 10 मिनट। अच्छा
इधर ही सिट दा हर्ष दरिया च सिट दे सिटी सिटी हर्ष चक के हर्ष सिटी ठंडी ठंडी हवा आती है इधर, मेरा फोन ही ना डगता कितने। हाँ देखी हाँ जी अच्छे पी मंगे आप चाह खरी के बर्तन रुक गए थे आप दस दिन सच्ची को बनाती चल आज चाह पी ला नवी कहनी मैं इधरों दवा कहनी कुरकरे केड़े लेने कुरकरे चाह पान पी के असि तुर पे सी पिंड वाल नू हुण घरे जा के मिलांगे इत्थे असि लेते किन्नू लो जी आ गए सी घरे खड़ी बीबी हाँ 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 ओ चलो चलो ओए ओए रात कल्ले छड़ गए बीबी नू कह बाहर खोल दे देखी कहिंदी है बाहर खोल दे बीबी नू कह रे देखी देखी कहिंदी इधरों खोल बाहर खोल देखी कदी चल 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 नहीं आउंदी बाहर नहीं आउंदी हां हां नहीं आंदा हां नहीं आंदा हां नहीं आंदा चल 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 सारे दी बारी आने वाली हुई है हां मुत्री ओ वो रुक च आए हाय आ कौन आ गए जी अर्थ जान पै गई घरे च तो सारे खा गई हेलो जी सत श्री अकाल जी तुहाड़ा स्वागत अपने मालवा ब्लॉग विच अज दिन हैगा सोमवार तो बच्चों के स्कूल भी खुल गए तो मैं भी जाना गा तो कपड़े धोन लगी सी मैं वर्दी प्रेस कर आई मैं तो दो बारी मैं चाह भी बना ली नवी नूं हुण मैं जाके कह दूँ भी नहा ला क्योंकि भी हजे अज उन्हें लेट जाना गा कपड़े साढ़े धोन वाले बाहवा गए तो मैं एक सूट मेरा थले रह गया नवा तो वो भी लैके आनी हाँ मैं तो दिखाई सुन किन्ने कपड़े मेरे तो पहला तो नवे साल दियां बहुत बहुत मुबारक
परमात्मा तुहानू चढ़दी कला विच रखे ते वधिया वधिया सोडे काम बन ते जो भी सोडे मन दी इच्छा पूरी होवे परमात्मा की देवे सच्चे पातशाह। ਅਤੇ ਹੁਣ ਮੈਂ ਧੋਣ ਲੱਗੀ ਹਾਂ ਕੱਪੜੇ। ਕੱਲ੍ਹ ਵੀ ਜਦੋਂ ਅਸੀਂ ਆਏ ਸੀ ਅੰਮ੍ਰਿਤਸਰ ਸਾਹਿਬ ਤੋਂ ਅਤੇ ਉਦੋਂ ਨਾ ਮੈਂ ਵੀਡੀਓ ਬਣਾਈ ਨਹੀਂ ਆ ਕੇ, ਬਸ ਜਦੋਂ ਗ੍ਰੇਸੀ ਸਾਨੂੰ ਐਂ ਕਰਨ ਲੱਗ ਗਈ ਵੀ ਆ ਗਏ ਸਾਰੇ, ਅਤੇ ਉਦੋਂ ਥੋੜ੍ਹੀ ਜਿਹੀ ਬਣਾਈ ਸੀ। ਉਸ ਤੋਂ ਬਾਅਦ ਫਿਰ ਮੈਂ ਆ ਕੇ ਘਰ ਦੇ ਮਾੜਾ ਮੋਟਾ ਸਾਫ਼ ਸਫਾਈ ਕੀਤੀ। ਸਾਫ਼ ਸਫਾਈ ਕਰਨ ਤੋਂ ਬਾਅਦ ਬਾਥਰੂਮ ਸਾਫ਼ ਕੀਤਾ, ਕਿਉਂਕਿ ਜਦੋਂ ਉਹ ਬੰਦ ਸੀਗੇ ਨਾ ਬਾਥਰੂਮ, ਫਿਰ ਹੋਰ ਹੀ ਸਮੈਲ ਜੀ ਮਾਰਨ ਲੱਗ ਜਾਂਦੀ ਹੈਗੀ, ਅਤੇ ਠੰਡ ਬਹੁਤ ਆ, ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈਗੀ, ਅਤੇ ਤਾਂ ਕਰਕੇ। ਅਤੇ ਫਿਰ ਅੱਜ ਫਿਰ ਮੈਂ ਸੁਬਹਾ ਸਟਾਰਟ ਕੀਤੀ ਹੈ ਵੀਡੀਓ, ਅਤੇ ਅੱਜ ਆਪਾਂ ਸ਼ਾਮ ਨੂੰ ਮੈਂ ਤੁਹਾਨੂੰ ਹੋਰ ਇੱਕ ਵਧੀਆ ਖੁਸ਼ਖਬਰੀ ਦੇਵਾਂਗੀ। ਪਰਮਾਤਮਾ ਤੁਹਾਨੂੰ ਵੀ ਇਹੋ ਜਿਹੀਆਂ ਖੁਸ਼ਖਬਰੀਆਂ ਦੇਵੇ, ਪਰਮਾਤਮਾ ਤਰੱਕੀਆਂ ਦੇਵੇ ਤੁਹਾਨੂੰ ਨਵੇਂ ਸਾਲ 'ਚ। ਬਹੁਤ 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 ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ। ਵੀਡੀਓ ਨੂੰ ਵਧੀਆ ਤੁਸੀਂ ਪਿਆਰ ਦੇ ਰਹੇ ਹੋ, ਵਧੀਆ ਤੁਸੀਂ ਦੇਖ ਰਹੇ ਹੋ, ਐਂ ਤੁਸੀਂ ਆਪਦਾ ਪਿਆਰ ਬਣਾਈ ਰੱਖਿਓ ਅਤੇ ਵੀਡੀਓ ਵਧੀਆ ਐਂ ਦੇਖਿਆ ਕਰੋ ਤੁਸੀਂ, ਅਤੇ ਮੇਰਾ ਵੀ ਹੌਂਸਲਾ ਵੱਧਦਾ। ਵੈਸੇ ਹੀ ਹੁਣ ਤਾਂ ਮੈਂ ਹੌਂਸਲੇ ਚੰਗੀ, ਅਤੇ ਪਰਮਾਤਮਾ ਨੇ ਮੈਨੂੰ ਇੰਨੇ ਕੁ ਜੋਗਰਾ ਕਰਤਾ ਤੁਹਾਡੀ ਕਿਰਪਾ ਨਾਲ। ਦੇਖੋ ਸਾਰਿਆਂ ਦਾ ਹੀ ਮੋਹ ਪਿਆਰ ਅਤੇ ਨਾ ਦੁਆਵਾਂ ਹੁੰਦੀਆਂ ਤਾਂ ਸਾਰਾ ਕੁਛ ਵਧੀਆ ਠੀਕ ਹੋ ਜਾਂਦਾ ਗਾ। ਅਤੇ ਹੁਣ ਮੈਂ ਪਹਿਲਾਂ ਕੱਪੜੇ ਧੋ ਲਾਂ ਅਤੇ ਫਿਰ ਮੈਂ ਸ਼ਾਮ ਨੂੰ ਮਿਲਦੀ ਹੈਗੀ ਤੁਹਾਨੂੰ, ਅਤੇ ਨਾਲੇ ਤੁਹਾਡੇ ਨਾਲ ਜਿਹੜੀ ਖੁਸ਼ੀ ਆ ਉਹ ਸ਼ੇਅਰ ਕਰੂੰਗੀ। ਨਾਲੇ ਮੇਰੇ ਟੋਕਰੀ ਵਾਲੇ ਜਿਹੜੇ ਇਹ ਈਜ਼ੀ ਨਾਲ ਧੋਣ ਵਾਲੇ ਹੈਗੇ, ਜਾਂ ਇੰਨਾ ਟੋਕਰਾ ਭਰਿਆ ਪਿਆ ਢੇਰ ਲੱਗਿਆ ਪਿਆ ਗਾ, ਇਹ ਮੈਂ ਧੋਊਂਗੀ ਥੋੜ੍ਹੇ ਥੋੜ੍ਹੇ ਮਸ਼ੀਨ 'ਚ ਕੱਢ ਕੇ ਮਾੜੀ ਮਾੜੀ ਲਾ ਦੂੰਗੀ ਇਹਨਾਂ ਨੂੰ ਸਾਬਣ। ਅਤੇ ਆਹ ਵਾਲੇ ਹੈਗੇ ਇਹ ਇਹਨਾਂ ਨੂੰ ਈਜ਼ੀ 'ਚ। ਅਤੇ ਮੌਸਮ ਬਾਹਰ ਐਂ ਹੋਇਆ ਪਿਆ ਗਾ, ਠੰਡ ਤਾਂ ਹੈਗੀ ਆ, ਸਾਫ਼ ਵੀ ਹੈ ਪਰ ਹਵਾ ਠੰਡੀ ਚੱਲ ਰਹੀ ਹੈਗੀ। ਲਓ ਜੀ ਕੱਪੜੇ ਆਪਾਂ ਨੇ ਧੋ ਤੇ, ਤਿੰਨ ਤਾਰਾਂ ਭਰ ਗਈਆਂ, ਅਤੇ ਅੱਧੇ ਮੈਂ ਪਾਤੇ ਉਹ ਕੰਧ 'ਤੇ। ਬਹੁਤ ਜ਼ਿਆਦਾ ਕੱਪੜੇ ਸੀਗੇ ਅਤੇ ਹੁਣ ਮੈਂ ਫਟਾਫਟ ਜਾ ਕੇ ਨਹਾਉਂਦੀ ਹਾਂ, ਕਿਉਂਕਿ ਮੈਨੂੰ ਤਾਂ ਹੱਥ ਪੈਰ ਠਰ ਗਏ। ਅਤੇ ਹਾਂਜੀ ਟਾਈਮ ਹੋ ਗਿਆ 2:10 ਹੋ ਗਏ, ਆਂਗਣਵਾੜੀ ਤੋਂ ਆ ਕੇ ਮੈਂ ਕੋਈ ਵੀਡੀਓ ਬਣਾਈ ਨਹੀਂ ਗੀ, ਅਤੇ ਆ ਕੇ ਮੈਂ ਫੋਨ ਸੁਣਨ ਲੱਗ ਗਈ ਸੀਗੀ, ਅਤੇ ਫੋਨ ਸੁਣਦੇ ਸੁਣਦੇ ਉਹਦੀ ਮੰਮੀ ਅਰਗੇ ਆ ਗਏ ਗਗਨ ਦੇ, ਅਤੇ ਚਾਹ ਆਪਾਂ ਨੇ ਪੀ ਲਈ ਕਿਉਂਕਿ ਉਹਨਾਂ ਨੂੰ ਇਹ ਵੀ ਪੀਣੀ ਸੀਗੀ ਚਾਹ, ਅਤੇ ਉਹ ਵਗ ਗਏ, ਥੋੜ੍ਹਾ ਟਾਈਮ ਹੀ ਰੁਕੇ ਸੀਗੇ। ਹੁਣ ਮੈਂ ਆਈ ਸੀਗੀ ਦੁੱਧ ਗਰਮ ਧਰਨ, ਹਾਰੇ 'ਚ ਦੁੱਧ ਗਰਮ ਧਰੂੰਗੀ, ਨਾਲੇ ਧਰਨਾ ਗਾ ਸਾਗ, ਅਤੇ ਖੋਏ ਦੀਆਂ ਪਿੰਨੀਆਂ ਵੀ ਬਣਾਉਣੀਆਂ ਸੀ ਉਹ ਮੈਂ ਬਣਾਈ। ਹੁਣ ਮੈਨੂੰ ਐਂ ਵੀ ਮੈਂ ਸਾਰਾ ਕੰਮ ਮੇਰੇ ਤੋਂ ਹੋਣਾ ਨਹੀਂ ਗਾ, ਅਤੇ ਚਲੋ ਦੇਖਦੀ ਹਾਂ ਟਾਈਮ ਰਹਿ ਗਿਆ ਤਾਂ ਮੈਂ ਬਣਾ ਲੂੰਗੀ, ਅਤੇ ਨਹੀਂ ਫਿਰ ਕੱਲ੍ਹ ਨੂੰ ਬਣਾ ਲੂੰਗੀ ਆਂਗਣਵਾੜੀ 'ਚੋਂ ਆ ਕੇ। ਕੱਪੜੇ ਆਪਣੇ ਜਮ੍ਹਾਂ ਸੁੱਕੇ ਨਹੀਂ, ਠਰੇ ਹੀ ਪਏ ਹੈਗੇ, ਅਤੇ ਬਸ ਐਂ ਆ ਵੀ ਹਵਾ ਜੀ ਨਿਕਲ ਜੂਗੀ। ਅਤੇ ਆਹ ਲਿਫਾਫੇ ਨਾਲ ਮੈਂ ਅੱਗ ਮਚਾਊਂਗੀ ਪਾਥੀਆਂ ਲਾ ਕੇ। ਆਹ ਮੈਂ ਸੁਬਹਾ ਰੱਖ ਗਈ ਸੀਗੀ ਇੱਥੇ ਟੋਕਰੇ 'ਚ ਮੈਂ ਧੋਣ ਵਾਲੇ ਕੱਪੜੇ ਰੱਖੇ ਸੀ, ਅਤੇ ਉਹ ਸਰਫ ਵਾਲੀ ਕਿੰਨੀ ਵੀ ਚੱਕਦੀ ਹੈ, ਅਤੇ ਅੱਗ ਮਚਾ ਕੇ ਹੁਣ ਮੈਂ ਪਹਿਲਾਂ ਧਰਦੀ ਹਾਂ ਹਾਰੇ 'ਚ ਦੁੱਧ ਗਰਮ ਹੋ ਜੂਗਾ ਸ਼ਾਮ ਤੱਕ। ਦੇਖੋ ਸਾਡੀ ਰਸੋਈ ਦਾ ਕੋਈ ਹਾਲ ਨਹੀਂ, ਆਹ ਰੱਸੀ ਵੀ ਡੋਲਣ ਵਾਲੀ ਆ, ਭਾਂਡੇ ਪਏ ਪੂਰੇ ਮਾਂਜਣ ਵਾਲੇ, ਇੱਧਰ ਮੈਂ ਦੁੱਧ ਧਰਿਆ ਹੋਇਆ ਗਰਮ। ਹਾਂਜੀ ਖੁਸ਼ੀ ਤੁਹਾਡੇ ਨਾਲ ਸ਼ੇਅਰ ਕਰਾਂਗੇ 13-14।